ਬਲਦੇਵ ਸਿੰਘ ਦੀ ਕਹਾਣੀ ਵਣਜ ਬੇਦੀ ਨੂੰ ਆਪਣੀ ਇੱਕ ਦੋਸਤ ਕੋਲੋਂ ਪਤਾ ਲੱਗਿਆ ਲੈਂਬਰ ਸੋਡੀ ਨੂੰ ਅਮਰੀਕਾ ਤੋਂ ਆਇਆ 15 ਦਿਨ ਹੋ ਗਏ ਹਨ 15 ਦਿਨ ਉਹ ਹੈਰਾਨ ਹੋਇਆ ਉਹਨੂੰ ਯਕੀਨ ਨਹੀਂ ਸੀ ਆ ਰਿਹਾ ਉਹ ਤਾਂ 15 ਮਿੰਟ ਨਹੀਂ ਸੀ ਆਪਣੇ ਘਰੇ ਬਹਿੰਦਾ ਪਹਿਲਾਂ ਮੇਰੇ ਕੋਲ ਆਉਂਦਾ ਹੁੰਦਾ ਸੀ ਕਦੇ ਸੋਨੇ ਦੀ ਲਿੰਬ ਵਾਲਾ ਪੈਨ ਕਦੇ ਗਾਰਮੈਂਟਸ ਕਦੇ ਸਕਾਚ ਦੀ ਬੋਤਲ ਜਾਂ ਕੋਈ ਹੋਰ ਗਿਫਟ ਲੈ ਕੇ ਆਉਂਦਾ ਹੁੰਦਾ ਸੀ ਦੋ ਦੋ ਪੈਗ ਲਾ ਕੇ ਦੋਵੇਂ ਬਚਪਨ ਦੀਆਂ ਖਰਮਸਤੀਆਂ ਚੇਤੇ ਕਰਦੇ ਆਂ ਬੀਤੇ ਦਿਨਾਂ ਨੂੰ ਫੜਨ ਦੀ ਕੋਸ਼ਿਸ਼ ਕਰਿਆ ਕਰਦੇ ਸਨ ਇਸ ਵਾਰ ਕੀ ਹੋਇਆ ਲੈਂਬਰ ਨੂੰ ਪਤੰਦਰ ਨੇ ਇਸ ਪੱਦੇਸ ਪਰਤਨ ਦਾ ਕੋਈ ਸੁਨਿਆ ਵੀ ਨਹੀਂ ਕਰ ਲਿਆ ਅੱਗੇ ਤਾਂ ਅਮਰੀਕਾ ਤੋਂ ਫੋਨ ਖੜਕਾ ਦਿੰਦਾ ਸੀ ਤੇਰਾ ਸਿਰ ਖਾਣ ਆ ਰਿਹਾ ਮੇਰੇ ਵਾਸਤੇ ਇੱਕ ਮਹੀਨਾ ਛੁੱਟੀ ਲੈ ਰੱਖ ਪਰ ਇਸ ਵਾਰ ਉਹਨੂੰ ਕੀ ਹੋਇਆ ਨੰਗੋਟਿਆ ਯਾਰ ਦੋ ਸਾਲਾਂ ਬਾਅਦ ਪੰਜਾਬ ਆਵੇ ਪੂਰੇ 15 ਦਿਨਾਂ ਨੂੰ ਮਿਲਣਾ ਤਾਂ ਦੂਰ ਦੀ ਗੱਲ ਖਬਰ ਵੀ ਨਾ ਹੋਵੇ ਬੇਦੀ ਨੂੰ ਗੁੱਸਾ ਵੀ ਆਇਆ ਤੇ ਰੋਸਾ ਵੀ ਡਾਲਰ ਤਾਂ ਚੰਗੇ ਭਲੇ ਬੰਦੇ ਦੀਆਂ ਅੱਖਾਂ ਫੇਰ ਦਿੰਦੇ ਐ ਪਰ ਐਨੇ ਸਾਲ ਉਹ ਡਾਲਰ ਹੀ ਕਮਾਉਂਦਾ ਰਿਹਾ ਪਹਿਲਾਂ ਤਾਂ ਕਦੇ ਉਹਨੇ ਮਹਿਸੂਸ ਨਹੀਂ ਹੋਣ ਦਿੱਤਾ ਫਿਰ ਇਸ ਵਾਰ ਉਹਨੂੰ ਸੁਰਖਾ ਆਪ ਦੇ ਪੰਖ ਲੱਗ ਗਏ ਮੈਂ ਵੀ ਉਹੀ ਹਾਂ ਧਰਤੀ ਵੀ ਉਹੀ ਹੈ ਹਾਲਾਤ ਵੀ ਠੀਕ ਨਹੀਂ ਕੀ ਪਤਾ ਬਿਮਾਰੀ ਨਾ ਹੋਵੇ ਬੇਦੀ ਨੂੰ ਅਚਾਨਕ ਖਿਆਲ ਆਇਆ ਤੇ ਲੰਬੜ ਸੋਚਦਾ ਹੋਵੇ ਕਾ ਨੂੰ ਤੰਗ ਕਰਨਾ ਮੈਂ ਆਪ ਹੀ ਜਾ ਕੇ ਮਿਲ ਆਉਣਾ ਨਹੀਂ ਤਾਂ ਆਖੇਗਾ ਜੇ ਮੈਂ ਮੁਸੀਬਤ ਵਿੱਚ ਸੀ ਤੂੰ ਆ ਸਕਦਾ ਸੀ ਪਰ ਕੰਜਰਾ ਮੈਨੂੰ ਸੁਪਨਾ ਆਉਂਦਾ ਬਈ ਤੂੰ ਅਮਰੀਕਾ ਤੋਂ ਆ ਗਿਆ ਤੇ ਬਿਮਾਰ ਹੈ। ਮੈਨੂੰ ਕਿਸੇ ਰਹੀਂ ਸੁਨੇਹਾ ਹੀ ਭੇਜ ਦੇ। ਇਹ ਅਮਰੀਕਾ ਵਾਲਿਆਂ ਦੇ ਵੀ ਸਿੰਘ ਉਗਾਉਂਦੇ ਆ ਭੁੱਲ ਹੀ ਜਾਂਦੇ ਆ ਵੀ ਇੱਥੋਂ ਹੀ ਗਏ ਆ। ਕਟਿਆਂ ਦੀਆਂ ਪੂਛਾਂ ਮਰੋੜਦੇ। ਫਿਰ ਬੇਦੀ ਵਿਅੰਗ ਨਾਲ ਹੱਸਿਆ। ਉੱਥੇ ਵੀ ਤਾਂ ਕਟਿਆਂ ਦੀਆਂ ਪੂਛਾਂ ਹੀ ਮਰੋੜਦੇ ਆ। ਪਰ ਜੇ ਬਿਮਾਰ ਨਾ ਹੋਇਆ ਫਿਰ 15 ਦਿਨ ਕੀ ਕਰਦਾ ਰਿਹਾ? ਜਾਵਾਂ ਕਿ ਨਾ ਜਾਵਾਂ? ਬੇਦੀ ਖਿੱਚ ਗੁੱਸੇ ਤੇ ਮਾਨਸਿਕ ਤਣਾਅ 'ਚ ਸੀ। ਜੋ ਲੈਂਬਰ ਸੋਢੀ ਦੀ ਵੈਨ ਉਹਦੇ ਦਰਾਂ 'ਚ ਆ ਖੜੀ। ਹੈਲੋ ਕਹਿੰਦੇ ਆ ਲੈਂਬਰ ਸੋਢੀ ਨੇ 베ਦੀ ਨੂੰ ਕਲਾਵੇ ਚ ਲਿਆ, ਘੁੱਟਿਆ, ਕੰਨ ਦੇ ਖੇਠਾਂ 'ਤੇ ਚੁੰਮਿਆ ਤੇ ਆਖਿਆ, ਮੈਂ ਇੱਕ ਪ੍ਰੋਬਲਮ ਹੱਲ ਕਰਨ 'ਚ ਬਿਜ਼ੀ ਹੋ ਗਿਆ ਆਉਂਦਾ ਹੀ। ਤੈਨੂੰ ਚਾਹ ਕੇ ਵੀ ਕੰਟੈਕਟ ਨਾ ਕਰ ਸਕਿਆ ਸੌਰੀ। 베ਦੀ ਮੂੰਹ ਚ ਭਿਜਿਆ ਨਹੀਂ। ਉਹਦੇ ਰੁੱਖੇ ਸਵਾਗਤ ਤੋਂ ਲੈਂਬਰ ਸੋਢੀ ਕੁਝ-ਕੁਝ ਹੈਰਾਨ ਹੋਇਆ। ਪਰ ਜਦ ਇਹ ਬਚਪਨ ਦੀ ਸਾਂਝ ਦੇ ਪੂਰੇ ਮਨ ਤੇ ਅਧਿਕਾਰ ਨਾਲ ਹੁਕਮ ਦਿੱਤਾ। ਤਿਆਰ ਹੋ ਜਾ 베ਦੀ ਆਪਾਂ ਹੁਣੇ ਕਪੂਰਥਲੇ ਚੱਲਣਾ ਹੈ ਕਪੂਰਥਲੇ 베ਦੀ ਹੈਰਾਨ ਹੋਇਆ ਲੈਂਬਰ ਸੋਢੀ ਦੀ ਕਪੂਰਥਲੇ ਕੋਈ ਰਿਸ਼ਤੇਦਾਰੀ ਨਹੀਂ ਸੀ ਕੋਈ ਯਾਰ ਦੋਸਤ ਵੀ ਨਹੀਂ ਸੀ ਅੰਦਰੋਂ 베ਦੀ ਪੂਰਾ ਖੁਸ਼ ਤੇ ਸਹਿਜ ਹੋ ਰਿਹਾ ਸੀ ਲੈਂਬਰ ਦਾ ਵਿਹਾਰ ਪਹਿਲਾਂ ਵਾਲੇ ਗ੍ਰਾਫ ਤੇ ਹੀ ਸੀ ਤੇ ਲੈਂਬਰ ਸੋਢੀ ਬਾਰੇ ਮਨ ਚੁੱਠੀਆਂ ਸ਼ਿਕਾਇਤਾਂ ਨਿਰਮੂਲ ਜਾਪੀਆਂ ਪਰ ਮਨ ਚ ਸ਼ੰਕਾ ਉੱਭਰੀ ਕਿਤੇ ਡਰਾਮੇਬਾਜ਼ੀ ਤਾਂ ਨਹੀਂ ਕਰ ਰਿਹਾ ਇਹ ਪ੍ਰਵਾਸੀ ਪਰਿੰਦੇ ਵੀ ਬੜੇ ਸਟੰਟ ਬਾਜ਼ ਹੋ ਜਾਂਦੇ ਨੇ ਕਿਉਂ ਸੋਚੀ ਪਿਆ ਗਿਆ ਹਰਿਆ ਬਾਹਰ ਮੈਨ ਖੜੀ ਹੈ ਤੇ ਆਪਾਂ ਸ਼ਾਮ ਨੂੰ ਵਾਪਸ ਮੋੜਨਾ ਹੈ ਲੈਂਬਰ ਸੋਢੀ ਨੇ ਕਿਹਾ ਕਰਨ ਕੀ ਜਾਣਾ ਕਪੂਰਥਲੇ ਟੱਠੇ ਖੂਚ ਡਿੱਗਣ ਜਾਣਾ ਲੈਂਬਰ ਸੋਢੀ ਹੱਸਿਆ ਉਹ ਤਾਂ ਇੱਥੇ ਹੀ ਬਥੇਰੇ ਨੇ ਖੂਚ ਇੱਕ ਨੇ ਡਿੱਗਣਾ ਹੈ ਕਿ ਦੋਹਾਂ ਨੇ ਬੇਦੀ ਸਹਿਜ ਹੋਣ ਲੱਗਾ ਮੈਂ ਡਿੱਗਣਾ ਤੇ ਤੈਨੂੰ ਗਵਾ ਬਣਾਉਣਾ ਘਰੇ ਬੈਠ ਕੇ 15 ਦਿਨ ਇਹੀ ਸਕੀਮਾਂ ਬਣਾਉਂਦਾ ਰਿਹਾ ਬੇਦੀ ਨੇ ਗੁੱਟਾ ਲੰਬਾ ਦਿੱਤਾ ਤੂੰ ਟਾਈਮ ਨਾ ਵੇਸਟ ਕਰ ਤਿਆਰ ਹੋ ਜਾ ਚੁੱਪ ਕਰਕੇ ਨਹੀਂ ਤਾਂ ਮੈਂ ਇਸੇ ਤਰ੍ਹਾਂ ਹੀ ੱੱੱਕੇ ਨਾਲ ਵੈਨ ਚ ਕਿਡਨਾਪ ਕਰ ਲਵਾਂ ਲੈਂਬਰ ਸੋਢੀ ਨੇ ਯਾਰੀ ਦੇ ਮਾਨ ਨਾਲ ਕਿਹਾ ਪਤੰਦਰਾ ਦੱਸਦਾ ਸਹੀ ਕਰਨ ਕੀ ਜਾਣਾ ਹੈ ਉਹ ਤੈਨੂੰ ਤੇਰੀ ਹੋਣ ਵਾਲੀ ਪਰਝਾਈ ਦਿਖਾ ਕੇ ਲਿਆਉਣੀ ਹੈ ਲੈਂਬਰ ਸੋਢੀ ਨੇ ਕੁੰਡੀ ਖੋਲੀ ਪਰਝਾਈ ਹੋਣ ਵਾਲੀ ਬੇਦੀ ਚੰਬੇ ਚ ਆ ਗਿਆ ਯਹ ਐਸੇ ਕਰਕੇ ਤਾਂ ਤੇਰੇ ਕੋਲ ਆਇਆ ਨਹੀਂ ਇੰਨੇ ਦਿਨ ਪੰਜ ਕੁੜੀਆਂ ਤਾਂ ਇੱਥੇ ਹੀ ਦੇਖ ਚੁੱਕੇ ਆਂ ਕਿਦੇ ਲਈ ਬੇਦੀ ਅਜੇ ਵੀ ਭੰਬੜਪੂਸੇ ਚ ਸੀ ਮਾਈ ਸੈਲਫ ਯਾਰਾ ਆਪਣੇ ਲਈ ਤੂੰ ਵਿਆਹ ਕਰਾਏਗਾ ਕਿਉਂ ਮੈਨੂੰ ਏਡਜ਼ ਹੋਈ ਏ ਉਮਰ ਹੀ ਥੋੜੀ ਜਿਆਦਾ ਨਾ ਅਮਰੀਕਾ ਚ ਤਾਂ ਮਾਈ ਡੀਅਰ 70 75 ਸਾਲਾਂ ਦੇ ਵਿਆਹ ਕਰਾਈ ਜਾਂਦੇ ਮੈਂ ਤਾਂ ਅਜੇ ਅਗਲੇ ਸਾਲ 60 ਦਾ ਹੋਣਾ ਮੂਹਰੇ ਦੋ ਦੰਦ ਡਿੱਗੇ ਨੇ ਵੇਖ ਲੈ ਇਹ ਵੀ ਠੀਕ ਕਰਵਾ ਲਏ ਨੇ ਲੈਂਬਰ ਸੋਢੀ ਨੇ ਆਪਣਾ ਮੂੰਹ ਖੋਲ ਕੇ ਦੰਦ ਵਿਖਾਏ ਬੇਦੀ ਦੰਦਾਂ ਦੇ ਨਾਲ ਨਾਲ ਉਹਦੇ ਸਮੁੱਚੇ ਚਿਹਰੇ ਵੱਲ ਚੱਕਿਆ ਸਿਰ ਦੇ ਵਾਲ ਰੰਗ ਕੇ ਕਾਲੇ ਛਾਂ ਕੀਤੇ ਹੋਏ ਸੀ ਪਰ ਅੱਖਾਂ ਤੇ ਪਰਵਟਿਆਂ 'ਚ ਅੱਧੇ ਚਿੱਟੇ ਵਾਲ ਝਾਕ ਰਹੇ ਸੀ। ਮੂੰਹ 'ਤੇ ਝੁਰੜੀਆਂ ਤੇ ਅੱਖਾਂ ਦੇ ਕਾਂ ਪੰਜੇ ਸੋਢੀ ਦੀ ਉਮਰ ਲੁਕਾਉਣ ਤੋਂ ਅਸਮਰਥ ਸਨ। 베ਦੀ ਦੇ ਚਿਹਰੇ 'ਤੇ ਵਿਅੰਗ ਦੀ ਹਲਕੀ ਜੀ ਮੁਸਕਾਨ ਫੈਲ ਗਈ। ਇਸ ਤਰ੍ਹਾਂ ਕੇ ਹੱਸ ਰਿਹਾ। ਲੰਬਰ ਸੋਢੀ ਦੇਰੀ ਹੋਣ ਕਾਰਨ ਖਿਜ ਰਿਹਾ ਸੀ। ਦੁਲਲੇ ਨੂੰ ਦੇਖ ਰਿਹਾ ਆਕੇ ਖੁੱਲ ਕੇ ਹੱਸਿਆ। ਇਹ ਕੰਮ ਬਾਤ ਚ ਕਰੀ। ਪਹਿਲਾਂ ਤਿਆਰ ਹੋ ਵਾਪਸ ਆ ਕੇ ਮੈਂ ਦਿੱਲੀ ਜਾਣਾ। 베ਦੀ ਪਲੀਜ਼ ਹਰਿਆ। ਲੈਂਬਰ ਸੋਢੀ ਨੇ ਪ੍ਰਾਰਥਨਾ ਕਰਨ ਵਰਗਾ ਮੂੰਹ ਬਣਾ ਕੇ ਕਿਹਾ ਤਾਂ ਬੇਦੀ ਉੱਠ ਖੜਾ ਹੋਇਆ ਵੈਨ ਚ ਜਾਂਦੇ ਆ ਬੇਦੀ ਨੇ ਸਰਸਰੀ ਪੁੱਛਿਆ ਅਚਾਨਕ ਸ਼ਾਦੀ ਦੀ ਕੀ ਲੋੜ ਪੈ ਗਈ ਅਚਾਨਕ ਨਹੀਂ ਬਹੁਤ ਸੋਚ-ਸੋਚ ਕੇ ਸਟੈਪ ਲਿਆ ਲੈਂਬਰ ਸੋਢੀ ਨੇ ਮਖਾਨ ਕੀ ਜਿਹਾ ਉੱਤਰ ਦਿੱਤਾ ਯੂਸੀ ਬੱਚੇ ਆਪਣੇ ਆਪਣੀ ਥਾਂ ਸੈੱਟ ਨੇ ਆਪਣੇ ਕਾਰੋਬਾਰ ਤੇ ਰੋਜ਼ਗਾਰ ਚ ਬਿਜ਼ੀ ਨੇ ਵੀਕਐਂਡ ਤੇ ਉਹਨਾਂ ਦੀ ਆਪਣੀਆਂ ਲੋੜਾਂ ਨੇ ਮੈਨੂੰ ਕਹਿੰਦੇ ਡੈਡ ਤੇਰੀ ਦੇਖਭਾਲ ਕਰਨ ਲਈ ਸਾਡੇ ਪਾਸ ਵਕਤ ਹੀ ਨਹੀਂ ਹੈ ਵੀ ਆਰ ਸੌਰੀ ਤੂੰ ਇੰਡੀਆ ਚਲਾ ਜਾ ਜਾਂ ਫਿਰ ਆਪਣੀ ਦੇਖਭਾਲ ਲਈ ਕੋਈ ਔਰਤ ਲਿਆ ਉਹ ਸਾਰੇ ਮੈਨੂੰ ਛੱਡ ਕੇ ਚਲੇ ਗਏ ਤੂੰ ਦੱਸ ਮੈਂ ਕੀ ਕਰਾਂ ਮੇਰੀਆਂ ਆਪਣੀਆਂ ਵੀ ਜ਼ਰੂਰਤਾਂ ਨੇ ਮੈਨੂੰ ਵੀ ਕਿਸੇ ਦੇ ਸਾਥ ਦੀ ਸਹਾਰੇ ਦੀ ਲੋੜ ਹੈ ਆਮ ਆਲਸੋ ਹਿਊਮਨ ਬੀਂਗ ਪਰ ਬੱਚੇ ਇਹ ਸਭ ਨਹੀਂ ਸਮਝਦੇ ਜਾਂ ਸਮਝਣਾ ਨਹੀਂ ਚਾਹੁੰਦੇ ਦਰਅਸਲ ਇਹ ਸਮਝਣ ਲਈ ਉਹਨਾਂ ਕੋਲ ਸਮਾਂ ਹੀ ਨਹੀਂ ਉਧਰ ਜ਼ਿੰਦਗੀ ਬਹੁਤ ਫਾਸਟ ਹੈ ਆਖਰ ਇਹ ਹੀ ਫੈਸਲਾ ਲਿਆ ਇੱਕ ਵਾਈਫ ਹੀ ਮੇਰੀਆਂ ਲੋੜਾਂ ਪੂਰੀਆਂ ਕਰ ਸਕਦੀ ਹੈ ਪੰਜਾਬ ਦੇ ਇੱਕ ਅਖਬਾਰ 'ਚ ਇਸ਼ਤਿਹਾਰ ਦੇ ਦਿੱਤਾ ਤੂੰ ਹੈਰਾਨ ਹੋਏਗਾ ਬੇਦੀ ਮੇਰੇ ਇੱਥੇ ਪੁੱਜਣ ਤੋਂ ਪਹਿਲਾਂ 17 ਚਿੱਠੀਆਂ ਆਈਆਂ ਪਈਆਂ ਸੀ ਪੰਜ ਲੜਕੀਆਂ ਤਾਂ ਕੁਆਰੀਆਂ ਨੇ ਉਹਨਾਂ ਦੇ ਮਾਪੇ ਸੋਚਦੇ ਹੋਣਗੇ ਜਿਵੇਂ ਕਿਵੇਂ ਧੀ ਨੂੰ ਅਮਰੀਕਾ ਧੱਕੀਏ ਫਿਰ ਬਾਕੀ ਟੱਬਰ ਆਪੇ ਚਲਾ ਜਾਵੇ ਅਜਈਆਂ ਚਿੱਠੀਆਂ ਤਾਂ ਮੈਂ ਪਹਿਲਾਂ ਹੀ ਰਿਜੈਕਟ ਕਰ ਦਿੱਤੀਆਂ ਨਾਲ 18-19 ਸਾਲ ਦੀ ਲੜਕੀ ਨੂੰ ਜੱਫੀ 'ਚ ਲੈਣ ਲਈ ਬਾਹਾਂ 'ਚ ਵੀ ਦਮ ਚਾਹੀਦਾ ਆਕੇ ਲੈਂਬਰ ਸੋਢੀ ਸ਼ਰਾਰਤਵਾਲ ਸ਼ਰਾਰਤ ਨਾਲ ਬੇਦੀ ਵੱਲ ਝਾਕਿਆ ਕਿੱਲੇ ਤੇ ਖੜਾ ਤਾਂ ਲੱਖਾਂ ਦਾ ਜਾਪਦਾ ਹੈ ਬੇਦੀ ਨੇ ਗੁੱਝਾ ਵਿਅੰਗ ਕੀਤਾ ਨੋ ਨੋ ਮੇਰੀ ਇੱਛਾ ਹੈ ਕੋਈ ਵਿਧਵਾ ਜਾਂ ਤਲਾਕਸ਼ੁਦਾ ਔਰਤ ਹੋਵੇ 40-45 ਸਾਲ ਦੀ ਪਰ ਬੱਚਾ ਨਾ ਹੋਵੇ ਕੋਈ 40-45 ਸਾਲ ਦੀ ਤੀਵੀ ਨੂੰ ਬਾਹਾਂ ਚ ਲੈਣ ਲਈ ਦਮ ਆਜੂ ਬੇਦੀ ਨੇ ਫਿਰ ਤੀਰ ਛੱਡਿਆ ਆਫਕੋਰਸ ਲੈਂਬਰਸੋਡੀ ਨੇ ਦ੍ਰਿੜਤਾ ਨਾਲ ਕਿਹਾ ਤੂੰ ਮੈਨੂੰ ਇੰਨਾ ਹੀ ਗਿਆ ਗੁਜ਼ਰੀਆ ਨਾ ਸਮਝ ਇਹ ਅੱਖ ਐਵੇਂ ਤਾਂ ਨਹੀਂ ਚੱਬਣ ਲੱਗਾ ਸ਼ੂਗਰ ਤੈਨੂੰ ਐ ਬੀਪੀ ਵਧਿਆ ਰਹਿੰਦਾ ਹੈ ਦੰਦ ਨਕਲੀ ਲੁਆਈ ਫਿਰਦਾ ਚਾਰ ਪੌੜੀਆਂ ਚੜ ਚੜਨੀਆਂ ਪੈ ਜਾਣ ਤੇਰਾ ਸਾਹ ਚੜ ਜਾਂਦਾ ਤੀਵੀਂ ਤੇ ਮੈਂ ਸਮਝਦਾ ਤੇਰੀ ਗੱਲ ਬੇਦੀ ਆਈ ਅੰਡਰਸਟੈਂਡ ਤੂੰ ਜਿੱਥੋਂ ਬੋਲਦਾ ਲੈਂਬਰ ਸੋਡੀ ਨੇ ਟੋਕ ਦਿਆਂ ਗਿਆ ਜਿੰਸੀ ਸਬੰਧਾਂ ਦੀ ਉਧਰ ਬਹੁਤੀ ਪਰਵਾਹ ਨਹੀਂ ਕਰੀਦੀ ਇਸ ਮਾਮਲੇ 'ਚ ਦੋਹਾਂ ਧਿਰਾਂ ਨੂੰ ਪੂਰੀ ਖੁੱਲ ਹੁੰਦੀ ਹੈ ਜਿਹਦੀ ਇੱਛਾ ਹੋਵੇ ਜਿੱਥੇ ਚਾਹੇ ਆਪਣੇ ਸਬੰਧ ਬਣਾ ਸਕਦਾ ਹੈ ਲੈਂਬਰ ਸੋਡੀ ਦੀ ਇਸ ਫਿਲਾਸਫੀ ਤੋਂ ਅੱਗੇ ਬੇਦੀ ਨੂੰ ਕੁਝ ਹੋਰ ਪੁੱਛਣ ਦੀ ਹਿੰਮਤ ਨਾ ਪਈ ਰਸਤੇ ਚੋਨਾ ਇੱਕ ਵਾਰ ਕੋਲਡ ਡਰਿੰਕ ਲਿਆ ਕਪੂਰਥਲੇ ਪਹੁੰਚ ਕੇ ਲੈਂਬਰ ਸੋਡੀ ਨੇ ਵੈਨ ਦੇ ਡਰਾਈਵਰ ਨੂੰ ਖਤ ਵਿੱਚ ਲਾਏ ਡਰੈਸ ਪੜ ਕੇ ਸੁਣਾਇਆ ਮਹੱਲਾ ਗਲੀ ਦੇ ਮਕਾਨ ਨੰਬਰ ਭਾਲਦੇ ਆ ਕੁਝ ਸਮਾਂ ਭਟਕਦੇ ਵੀ ਰਹੇ ਫਿਰ ਵੀ ਪੁੱਛਦੇ ਪਹੁੰਚਾਉਂਦੇ ਅਖੀਰ ਲੜਕੀ ਵਾਲਿਆਂ ਦੇ ਘਰ ਪਹੁੰਚ ਗਏ ਕਪੂਰਥਲੇ ਵਾਲਿਆਂ ਦਾ ਪਰਿਵਾਰ ਪੂਰੇ ਉਤਸ਼ਾਹ ਵਿੱਚ ਸੀ ਘਰ ਦੀ ਹਰ ਚੀਜ਼ ਸਲੀਕੇ ਨਾਲ ਸਜਾਈ ਹੋਈ ਸੀ ਡਰਾਈング ਰੂਮ ਅੰਦਰ ਦਾਖਲ ਹੁੰਦੇ ਆ ਇੱਕ 70 ਕੇ ਸਾਲ ਦੀ ਬਿਰਧਾਹਰਤ ਜਿਨੇ ਫਿੱਕੇ ਪ੍ਰਿੰਟ ਦਾ ਸੂਟ ਪਹਿਨੇ ਆ ਸੀ ਤੇ ਸਧਾਰਨ ਜੇ ਨੈਣ ਨਕਸ਼ਾ ਵਾਲੀ ਸੀ ਇੱਕ 35 ਕੇ ਸਾਲ ਦੀ ਪਰਵੇਂ ਸਰੀਰ ਵਾਲੀ ਦੇਖਣ ਨੂੰ ਜਵਾਨ ਤਿਲਕਸ਼ ਜਾਪਣ ਵਾਲੀ ਸ਼ੋਕ ਫੁੱਲਾਂ ਵਾਲੀ ਕਮੀਜ਼ ਤੇ ਚਿੱਟੀ ਸਲਵਾਰ ਪਹਿਨੀ ਹੋਈ ਇੱਕ 50 ਕੁ ਸਾਲਾਂ ਦਾ ਦਰਮਿਆਨੇ ਕੱਦਾ ਆਦਮੀ ਅਦਬ ਨਾਲ ਇਹਨਾਂ ਦੇ ਸਤਕਾਰ ਚ ਉੱਠ ਕੇ ਖੜੇ ਹੋ ਗਏ ਹੱਥ ਜੋੜ ਕੇ ਜੀ ਆਇਆਂ ਨੂੰ ਕਹਿੰਦੇ ਆ ਬੈਠਣ ਲਈ ਕਿਆ ਉਹਨਾਂ ਵੱਲੋਂ ਜੋਸ਼ ਭਰਿਆ ਸਵਾਗਤ ਵੇਖ ਕੇ ਬੇਦੀ ਹੈਰਾਨ ਹੋਇਆ ਬੈਠਦੀਆਂ ਰਸਮੀ ਜੀ ਅੰਕਲਾਂ ਤੁਰ ਪਈਆਂ ਬੜੀ ਧੀਰ ਕਰ ਦਿੱਤੀ ਇੱਧਰ ਦੀਆਂ ਰੋਡਸ ਬੜੀਆਂ ਮਾੜੀਆਂ ਨੇ ਇਸ ਤਰ੍ਹਾਂ ਜਿਵੇਂ ਸਫਰ ਨਹੀਂ ਕਬੱਡੀ ਖੇਡ ਕੇ ਆਈ ਹੋਈਏ ਲੈਂਬਰ ਸੋਢੀ ਨੇ ਨੱਕ ਮੂੰਹ ਸੁਕੇੜ ਕੇ ਕਿਹਾ ਸਾਨੂੰ ਤਾਂ ਬੜਾ ਫਿਕਰ ਹੋ ਗਿਆ ਸੀ ਅਸੀਂ ਤਾਂ ਫੋਨ ਕਰਨ ਵਾਲੇ ਸੀ ਬਿਰਧ ਔਰਤ ਬੋਲੀ ਇੰਡੀਆ ਦਾ ਟ੍ਰੈਫਿਕ ਬੜਾ ਮਾੜਾ ਹੈ ਜੀ ਕੋਈ ਅਸੂਲ ਹੀ ਨਹੀਂ ਕੋਈ ਖੱਬੇ ਦੀ ਪਾਸ ਕਰ ਰਿਹਾ ਕੋਈ ਸੱਜੇ ਦੀ ਇਸ ਦੇਸ਼ ਦੀ ਹਾਲਤ ਵੀ ਟ੍ਰੈਫਿਕ ਵਰਗੀ ਹੈ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਸਾਹਮਣੇ ਆਉਣ ਵਾਲਾ ਸੱਜੇ ਖੱਬੇ ਦੀ ਲੰਘ ਜਾਏਗਾ ਜਾਂ ਸਿੱਧਾ ਤੁਹਾਨੂੰ ਹਿੱਟ ਕਰੇਗਾ ਵੈਰੀ ਪੁਰ ਲੈਂਬਰਸੋਢੀ ਨੇ ਫਿਰ ਪਹਿਲਾਂ ਵਾਂਗ ਮੂੰਹ ਬਣਾਇਆ ਅੰਦਰੋਂ ਰਸੋਈ ਚ ਆ ਰਹੀਆਂ ਆਵਾਜ਼ਾਂ ਤੋਂ ਅਨੁਮਾਨ ਲੱਗ ਰਿਹਾ ਸੀ ਘਰ 'ਚ ਹੋਰ ਵੀ ਵਿਅਕਤੀ ਹੈਗੇ ਨੇ ਫਿਰ 35 ਕੁ ਸਾਲਾਂ ਦੀ ਔਰਤ ਵੱਲ ਤੱਕ ਕੇ ਲੈਂਬਰਸੋਢੀ ਬੇਦੀ ਵੱਲ ਚਾੱਕਿਆ ਬੇਦੀ ਆਪਣੇ ਯਾਰ ਦੀ ਰਮਜ਼ਦਾ ਸਮਝ ਗਿਆ ਪਰ ਇੱਕਦਮ ਕੋਈ ਸੰਕੇਤ ਦੇਣਾ ਉਨੇ ਚੰਗਾ ਨਾ ਸਮਝਿਆ ਉਹ ਸੋਚ ਰਿਹਾ ਸੀ ਬਿਰਦ ਔਰਤ ਤਾਂ ਉਹਦੀ ਸੰਭਾਵੀ ਪਰਜਾਈ ਬਣ ਨਹੀਂ ਸਕਦੀ 35 ਸਾਲਾਂ ਵਾਲੀ ਔਰਤ ਦੇ ਚੜਤ ਤੇ ਬੁੱਲਾਂ ਦੀ ਸੁਰਖੀ ਦਰਸਾਉਂਦੀ ਸੀ ਕਿ ਵਿਧਵਾ ਜਾਂ ਤਲਾਕਸ਼ੁਦਾ ਨਹੀਂ ਹੋ ਸਕਦੀ ਅਜੇ ਤੱਕ ਘਰ ਦੇ ਜੀਵਾਂ ਨਾਲ ਜਾਣ ਪਛਾਣ ਵੀ ਨਹੀਂ ਸੀ ਕਰਵਾਈ ਇੰਨੇ ਚ ਮੇਜ਼ ਤੇ ਮਠਿਆਈ ਤੇ ਨਮਕੀਨ ਸਜਾਏ ਜਾਣ ਲੱਗੇ ਤੇ ਜਦੋਂ ਚਾਹ ਦੀਆਂ ਪਿਆਲੀਆਂ ਰੱਖੀਆਂ ਜਾ ਰਹੀਆਂ ਸੀ ਤੇ 50 ਕੁ ਸਾਲਾਂ ਦੇ ਦਿੱਸਦੇ ਆਦਮੀ ਨੇ ਅੰਦਰ ਵੱਲ ਮੂੰਹ ਕਰਕੇ ਆਵਾਜ਼ ਦਿੱਤੀ ਸਭੇ ਬਾਹਰ ਆਜੋ ਬਈ ਕੁਝ ਦੇਰ ਬਾਅਦ ਕਾਫੀ ਸ਼ੋਖ ਕਪੜੇ ਪਾਈ ਇੱਕ ਲੜਕੀ ਨੇ ਆਕੇ ਲੈਂਬਰ ਸੋਢੀ ਤੇ ਬੇਦੀ ਨੂੰ ਵਾਰੀ-ਵਾਰੀ ਸੱਸੀ ਖਲ ਬੁਲਾਈ। ਉਹਦੇ ਬੈਠਣ ਲਈ ਬਿਰਧਔਰਤ ਨੇ ਉੱਚੀ ਜਗ੍ਹਾ ਬਣਾਈ। ਸੋਫੇ ਤੇ ਬੈਠਦਿਆਂ ਲੜਕੀ ਇੱਕ ਵਾਰ ਲੈਂਬਰ ਸੋਢੀ ਤੇ ਬੇਦੀ ਵੱਲ ਝਾਕੀ। ਫਿਰ ਸ਼ਰਮਾਉਣ ਦਾ ਅਭਿਨੇ ਕਰਦੀ ਆਪਣੇ ਨੋਹਾਂ ਦੀ ਪਾਲਿਸ਼ ਖੁਰਚਣ ਲੱਗੀ। ਲਓ ਚਾਹ ਲਓ ਪਲੀਜ਼ ਕਰਵਲੇ ਆਦਮੀ ਨੇ ਨਿਮਰਤਾ ਨਾਲ ਕਿਹਾ। ਇਸ ਲੜਕੀ ਬਾਰੇ ਤੁਹਾਡੇ ਨਾਲ ਖਾਤਰਾ ਹੀ ਤੇ ਟੈਲੀਫੋਨ ਰਾਹੀਂ ਗੱਲ ਹੋਈ ਸੀ। ਬਿਰਧਔਰਤ ਨੇ ਦੱਸਿਆ ਦੋਵੇਂ ਇਕੱਠੇ ਉਸ ਲੜਕੀ ਵੱਲ ਝਾਕ ਕੇ ਉਹਦੀ ਉਮਰ 35-40 ਸਾਲਾਂ ਦੇ ਵਿਚਕਾਰ ਹੋਏਗੀ ਸਿਰ ਦੇ ਵਾਲਾਂ ਦਾ ਗੂੜਾ ਕਾਲਾ ਰੰਗ ਸ਼ੱਕ ਪਾਉਂਦਾ ਸੀ ਜਿਵੇਂ ਵਾਲ ਡਾਈ ਕੀਤੇ ਹੋਣ ਸਰੀਰ ਭਾਰਾ ਨਹੀਂ ਸੀ ਛਾਤੀਆਂ ਸੁਗੜੀਆਂ ਹੋਈਆਂ ਸਨ ਚਿਹਰਾ ਲੰਮਾ ਤੇ ਪਤਲਾ ਸੀ ਰੰਗ ਵੀ ਪਿੱਲਾ ਸੀ ਲੈਂਬਰ ਸੋਡੀ ਸੋਚ ਰਿਹਾ ਸੀ ਜੇ ਅਜਿਹੀ ਲੜਕੀ ਨੂੰ ਉੱਥੇ ਕੋਈ ਜੌਬ ਕਰਨਾ ਪਿਆ ਨੋ 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 ਮੁਕਾਬਲਾ ਕਰਨ ਲਈ ਉਹਨੇ ਪਰਵੇਂ ਸਰੀਰ ਵਾਲੀ ਵੱਲ ਤੱਕਿਆ ਉਦਿੱਖੇ ਢਾਰੀਆਂ ਵਰਗੀ ਸੇ ਤੁਹਾਨੂੰ ਜੱਜ ਰਹੀ ਸੀ ਪੁੱਛ ਲੈ ਕਾਕਾ ਜੋ ਪੁੱਛਣਾ ਹੈ ਬਿਰਦੌਰਤ ਨੇ ਚੁੱਪ ਤੋੜ ਦਿਆਂ ਗਿਆ ਕਾਕਾ ਕਹਿਣ ਤੇ ਬੀਦੀ ਲੈਂਬਰ ਛੋਡੇ ਵੱਲ ਵਿਅੰਗ ਨਾਲ ਚੱਕਿਆ ਫਿਰ ਨਮਕੀਨ ਕਾਜੂ ਖਾਣ ਲੱਗਾ ਤੁਸੀਂ ਇਹਨਾਂ ਦੇ ਮਾਤਾ ਜੀਓ ਛੋਡੇ ਨੂੰ ਕੋਈ ਟੰਗ ਦੀ ਗੱਲ ਨਾ ਸੁਝੇ ਹਾਂ ਇਹ ਮੇਰੀ ਬੜੀ ਲੜਕੀ ਹੈ ਔਰ ਛੋਟੀ ਬਿਰਦੌਰਤ ਨੇ ਪਰਵੇਂ ਸਰੀਰ ਵਾਲੀ ਵੱਲ ਇਸ਼ਾਰਾ ਕੀਤਾ ਇਹ ਬਟਾਲੇ ਵਿਆਹੀ ਹੈ ਤੁਹਾਡਾ ਫੋਨ ਆਇਆ ਤੋ ਅਸੀਂ ਇਹਨੂੰ ਬੁਲਾ ਲਿਆ ਏ ਪਾਈ ਸਾਹਿਬ ਬੀ ਦੀ ਨਿਊਜ਼ ਪੰਜਾਬ ਕੁਸਾਲਾਂ ਦੇ ਆਦਮੀ ਬਾਰੇ ਪੁੱਛੇ ਇਹ ਸਾਡੇ ਗਵੰਡੀ ਨੇ ਬੜੇ ਚੰਗੇ ਨੇ ਵਿਚਾਰੇ ਸੌਖੇ ਔਖੇ ਵੇਲੇ ਬੜੀ ਮਦਦ ਕਰਦੇ ਨੇ ਇਹਨਾਂ ਦਾ ਬੜਾ ਅਸਰ ਹੈ ਸਾਨੂੰ ਲੜਕੀਆਂ ਦੇ ਪਿਤਾ ਸਵਰਗਵਾਸ ਹੋਏ ਨੂੰ ਤਾਂ 2 ਸਾਲ ਹੋ ਗਏ ਫਿਰ ਦੌਰਤ ਨੇ ਹੌਕਾ ਲਿਆ ਫਿਰ ਲੈਂਬਰ ਸੁੱਡੀ ਹੌਲੀ ਹੌਲੀ ਪੁੱਛਦਾ ਗਿਆ ਲੜਕੀ ਕਿੰਨਾ ਪੜੀ ਹੈ ਪਹਿਲਾਂ ਕਿੱਥੇ ਵਿਆਹੀ ਸੀ ਤਲਾਕ ਪੰਚਾਇਤ ਹੋਇਆ ਜਾਂ ਕਚਹਿਰੀ ਚ ਕੋਈ ਬੱਚਾ ਵੀ ਹੈ ਡੇਟ ਆਫ ਬਰਥ ਕੀ ਹੋएगी ਉੱਚਾ ਵੀ ਪਿੰਦੇ ਰਹੀ ਇੱਕ ਦੂਸਰੀ ਧਿਰ ਦੀ ਤਸੱਲੀ ਵੀ ਕਰਾਉਂਦੇ ਰਹੇ ਬਿਰਧ ਔਰਤ ਨੇ ਅੰਦਰੋਂ ਲਿਆ ਕੇ ਤਲਾਕ ਦੇ ਕਾਗਜ਼ ਵੀ ਦਿਖਾਏ ਕਿਸੇ ਕਿਸੇ ਗੱਲ ਤੇ ਲੈਂਬਰ ਸੋਢੀ ਜਾਂ ਜਾਂ ਕਹਿ ਕੇ ਹੱਸਦਾ ਕੱਬੇ ਪਾਸੇ ਲੱਗੇ ਨਕਲੀ ਦੰਦ ਉਪਰੀ ਜੀ ਚਮਕ ਪੈਦਾ ਕਰਦੇ ਤੂੰ ਭਾਈ ਬੀਬਾ ਪੁੱਛ ਲੈ ਕੁਝ ਪੁੱਛਣਾ ਤਾਂ ਬਿਰਧ ਔਰਤ ਨੇ ਆਪਣੀ ਧੀ ਦੇ ਮੋਢੇ ਤੇ ਹੱਥ ਰੱਖਦਿਆਂ ਕਿਹਾ ਕੁੜੀ ਲੈਂਬਰ ਸੋਢੀ ਵੱਲ ਝਾਕ ਕੇ ਸ਼ਰਮਾਉਂਦੀ ਨੀਵੀਂ ਪਾ ਗਈ ਫਿਰ ਖਾਲੀ ਪਲੇਟਾਂ ਪਿਆਲੀਆਂ ਚੁੱਕਣ ਦੇ ਬਹਾਨੇ ਅੰਦਰ ਚਲੀ ਗਈ ਥੋੜੇ ਜੇ ਵਕਫੇ ਪਿੱਛੋਂ ਮਾਂ ਵੀ ਉੱਠ ਗਈ। ਬੇਦੀ ਸੋਚਣ ਲੱਗਾਈ ਇਸ ਲੜਕੀ ਦੀ ਉਮਰ ਲੰਬਰ ਸੋਢੀ ਦੀ ਧੀ ਜਾਂ ਨੂੰਹ ਦੇ ਬਰਾਬਰ ਹੋਏਗੀ। ਕੀ ਸੋਚਦੇ ਨੇ ਇਹ ਲੋਕ? ਤੇ ਉਹ ਜਿਨ੍ਹਾਂ ਨੇ ਕੁਵਾਰੀਆਂ ਕੁੜੀਆਂ ਦੀ ਪੇਸ਼ਕਸ਼ ਕੀਤੀ ਏ। ਕਿੱਥੇ ਬਦਲਿਆ ਸਾਰਾ ਕੁਝ? ਅਸੀਂ ਤਾਂ ਅਜੇ ਵੀ ਜਗੀਰੂ ਸੋਚਾਂ ਦੇ ਕਿਰਦਾਰਾਂ ਦੀਆਂ ਪੰਡਾ ਬੰਨੀ ਫਿਰਦੇ ਆਂ। ਕੁਝ ਦੇਰ ਬਾਅਦ ਲੜਕੀ ਦੀ ਮਾਂ ਨੇ ਆ ਕੇ ਕਿਹਾ ਸਾਨੂੰ ਤਾਂ ਠੀਕ ਐ ਜੀ। ਲੜਕੀ ਰਾਜ਼ੀ ਐ ਤੁਸੀਂ ਦੱਸੋ। ਮੈਂ ਫੋਨ ਕਰਾਂਗਾ ਤੁਹਾਨੂੰ ਆਪਣੀ ਅੰਕਲ ਨਾਲ ਵੀ رائے ਕਰਨੀ ਐ। ਲੈਂਬਰਸੋਡੀ ਦੀ ਗੱਲ ਸੁਣ ਕੇ ਬਿਰਧ ਔਰਤ ਨੂੰ ਝਟਕਾ ਲੱਗਾ ਉਹ ਕਾਲੀ ਨਾਲ ਬੋਲੀ ਕਿੱਥੇ ਨੇ ਅੰਕਲ ਅਮਰੀਕਾ 'ਚ ਨਹੀਂ ਨਹੀਂ ਇੱਥੇ ਹੀ ਨੇ ਫਿਰ ਸਾਨੂੰ ਕਿਵੇਂ ਪਤਾ ਲੱਗੂ ਲੜਕੀ ਦੀ ਮਾਂ ਦਾ ਚਿਹਰਾ ਉਦਾਸ ਹੋ ਗਿਆ ਕੱਲ ਕਰਾਂਗਾ ਫੋਨ ਸ਼ਰ ਦਰਅਸਲ ਮੈਂ ਦਿੱਲੀ ਜਾਣਾ ਪਰਸੋਂ ਵਾਪਸੀ ਫਲਾਈਟ ਲਈ ਪ੍ਰਬੰਧ ਕਰਨਾ ਹੈ ਲੈਂਬਰਸੋਡੀ ਬੇਦੀ ਨੂੰ ਇਸ਼ਾਰਾ ਕਰਕੇ ਉੱਠ ਖੜਾ ਹੋਇਆ ਤੁਸੀਂ ਆਪਣੀ ਰਾਏ ਤਾਂ ਦੱਸ ਕੇ ਜਾਓ ਸਾਨੂੰ ਦੇਖੋ ਉਹਨਾਂ ਲੜਕੀ ਵਾਲਿਆਂ ਨੂੰ ਫਿਕਰ ਹੁੰਦਾ ਬਿਰਧ ਔਰਤ ਉਹਨਾਂ ਨੂੰ ਅੱਗੋਂ ਰੋਕ ਕੇ ਖੜ ਗਈ ਮੇਰੇ ਵੱਲੋਂ ਤਾਂ ਓਕੇ ਐ ਨਾਟ ਵਰੀ ਇਥੇ ਅੰਕਲ ਦੀ ਰਾਏ ਲੈ ਲਵਾਂ ਤੇ ਇੱਕ ਵਾਰ ਅਮਰੀਕਾ ਫੋਨ ਕਰਕੇ ਬੱਚਿਆਂ ਨੂੰ ਪੁੱਛ ਲਵਾਂ ਜੇ ਸਾਨੂੰ ਪਤਾ ਲੱਗ ਜਾਂਦਾ ਤਾਂ ਲੜਕੀ ਦੇ ਪਾਸਪੋਰਟ ਲਈ ਭਾਜਨਾਟ ਕਰਦੇ ਤੁਸੀਂ ਕਹਾਨੂੰ ਭਾਜਨਾਟ ਕਰਨੀ ਹੈ ਉਹ ਤਾਂ ਮੈਂ ਕਰਾਂਗਾ ਨਾ ਸਾਰਾ ਕੁਝ ਫੋਨ ਤੇ ਦੱਸਾਂਗਾ ਵਿਆਹ ਤੋਂ ਬਾਅਦ ਕਿੰਨਾ ਕੁ ਚਿਰ ਲੱਗੇਗਾ ਅਮਰੀਕਾ ਜਾਣ ਲਈ ਪਰਵੇਂ ਸਰੀਰ ਵਾਲੀ ਲੜਕੀ ਨੇ ਪੁੱਛੇ 2 ਕੁ ਸਾਲ ਲੱਗ ਜਾਂਦੇ ਨੇ ਪਰ ਹੋਰ ਬੜੇ ਢੰਗ ਨੇ ਛੇਤੀ ਵੀ ਜਾਇਜ ਆ ਸਕਦਾ ਅਸੀਂ ਫੋਨ ਉਡੀਕਾਂਗੇ ਫੇਰ मां ਦੇ ਚਿਹਰੇ ਤੇ ਜ਼ਰਾ ਕੋ ਰੌਣਕ ਪਰਤ ਆਈ ਫਿਰ ਸਾਰੇ ਉਹਨਾਂ ਨੂੰ ਬਾਹਰ ਤੱਕ ਛੱਡਣ ਆਏ ਕਿਵੇਂ ਰਹੀ ਪਰਜਾਈ ਰਸਤੇ 'ਚ ਲੰਬਰ ਸੋਢੀ ਬੇਦੀ ਨੇ ਪੁੱਛਿਆ ਕੁੜੀ ਦੀ ਅਮਰਤਾ ਤੇਰੇ ਨਾਲੋਂ ਅੱਧੀ ਲੱਗਦੀ ਐ ਬੇਦੀ ਨੇ ਆਪਣੀ ਰਾਏ ਦਿੱਤੀ ਯਾ ਇਹ ਖਤਰਾ ਵੀ ਐ ਉਹਦਾ ਫੈਸ਼ਨ ਵੇਖਿਆ ਸੀ ਜੇ ਅਮਰੀਕਾ ਪਹੁੰਚ ਕੇ 2 ਮਹੀਨਿਆਂ ਬਾਅਦ ਫਰਾਰ ਹੋ ਗਈ ਵਾਟ ਦੈਨ ਇਹਦੇ ਕੋਲੋਂ ਤਾਂ ਚੰਗਾ ਕੋਈ ਢੰਗ ਦਾ ਨੌਕਰ ਰੱਖ ਲੈ ਨੋ 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 ਕਿੰਨੇ ਕ ਨੌਕਰ ਰੱਖਾਂਗਾ ਇੱਕ ਕਪੜੇ ਵਾਸ਼ ਕਰਨ ਲਈ ਇੱਕ ਖਾਣਾ ਬਣਾਉਣ ਲਈ ਇੱਕ ਘਰ ਦੀ ਸਫਾਈ ਲਈ ਫਿਰ ਵੀ ਜੇ ਕਦੇ ਮੂਡ ਬਣ ਗਿਆ ਤਾਂ ਸੈਕਸ ਲਈ ਬਾਹਰ ਜਾਣਾ ਪਏਗਾ ਕਦੇ ਬਿਮਾਰੀ ਵੇਲੇ ਲੱਤਾਂ ਘੁੱਟਣ ਜਾਂ ਸਿਰ ਦਬਾਉਣ ਦੀ ਲੋੜ ਪਵੇਗੀ ਇਹ ਸਾਰੇ ਕੰਮ ਤਾਂ ਭਾਰਤੀ ਬੀਵੀ ਕਰ ਸਕਦੀ ਹੈ ਮੈਂ ਤੈਨੂੰ ਦੱਸਿਆ ਸੀ ਨਾ ਬੜਾ ਸੋਚ-ਸੋਚ ਕੇ ਸਟੈਪ ਲਿਆ ਨਾਲੇ ਨੌਕਰਾਂ ਦਾ ਕੋਈ ਭਰੋਸਾ ਹੀ ਨਹੀਂ ਮੌਕਾ ਦੇਖ ਕੇ ਕਦੋਂ ਘਰ ਚ ਹੁੰਜਾ ਫੇਰ ਦੇਣ ਅਮਰੀਕਾ ਚ ਨੌਕਰ ਬੜਾ ਮਹਿੰਗਾ ਪੈਂਦਾ ਹੈ ਵੈਰੀ ਕਾਸਟਲੀ ਯੂ ਕੈਨਟ ਅਫੋਰਡ ਇਹਦੇ ਮੁਕਾਬਲੇ ਚ ਇੱਕ ਵਾਈਫ ਤਾਂ ਬੜੀ ਸਸਤੀ ਪੈਂਦੀ ਹੈ 베ਦੀ ਹੁਣ ਦੇਖਨਾ ਵਿਆਹ ਤੇ ਕਿੰਨਾ ਕੁ ਖਰਚਾ ਆਏਗਾ ਗੁਰਦੁਆਰੇ ਜਾ ਕੇ ਲਾਵਾ ਹੀ ਪੜਨੀਆਂ ਨੇ 100-150 ਡਾਲਰ ਦਾ ਮਾਮਲਾ ਹੈ ਫਿਰ ਤਾਂ ਮੌਜਾ ਹੀ ਮਰ ਜਾਨੇ ਇੱਕ ਮਾਨਦਾਰ ਬੀਵੀ ਮਲਟੀ ਪਰਪਸ ਨੌਕਰ ਹੁੰਦਾ ਯੂ نو 베ਦੀ ਕੁਛ ਨਾ ਬੋਲ ਸਕਿਆ ਰਸਤੇ 'ਚ ਇੱਕ ਜਗ੍ਹਾ ਉਹਨਾਂ ਬੀਅਰ ਪੀਤੀ ਹਵਾ ਪਿਆਜ਼ੀ ਦੀ ਨਸ਼ੇ 'ਚ ਲੈਂਬਰ ਸੋਡੀ ਬੋਲਿਆ 17 ਚਿੱਠੀਆਂ ਵਿੱਚੋਂ 6 ਲੜਕੀਆਂ ਚੁਣੀਆਂ ਸੀ ਹੁਣ 6ਾਂ 'ਚੋਂ ਇੱਕ ਬਾਰੇ ਫੈਸਲਾ ਕਰਨਾ ਇਹ ਉਹਨੇ ਬਲੱਡ ਪ੍ਰੈਸ਼ਰ ਤੇ ਸਾਨੂੰ ਸਾਵਾਂ ਰੱਖਣ ਵਾਲੀਆਂ ਗੋਲੀਆਂ ਦਾ ਪੱਕਾ ਮਾਰਿਆ ਰੰਗ ਕੀਤੇ ਸਿਰ ਦੇ ਵਾਲਾਂ 'ਚ ਕੰਗੀ ਫੇਰੀ ਨਕਲੀ ਦੰਦਾ ਨਾਲ ਮੁਸਕਰਾਉਂਦਾ ਵੈਨਚਾ ਬੈਠਾ ਬੇਦੀ ਦੇ ਜ਼ੈਨ 'ਚ ਆਪਣੇ ਯਾਰ ਦੀ ਮਲਟੀ ਪਰਪਸ ਫਿਲਾਸਫੀ ਘੁੰਮ ਰਹੀ ਸੀ ਉਹ ਹੈਰਾਨ ਸੀ ਆਪਣੇ ਜਿਗਰੀ ਯਾਰ ਨਾਲ ਘੁੰਮਦਿਆਂ ਅਜੋ ਉਦਾਸ ਤੇ ਪਰੇਸ਼ਾਨ ਕਿਉਂ ਹੈ ਧੰਨ